ਅਸਲਾਮ ਵਾਲੇਕਮ ਮੈਂ ਮਰਤਜ਼ਾ ਗੁਜਰ ਤੁਸੀਂ ਦੇਖ ਰਹੇ ਹੋ ਮਰਤਜ਼ਾ ਅਗਰੀ ਪੰਜਾਬ ਅੱਜ ਆਪਾਂ ਗੱਲ ਕਰਾਂਗੇ ਕਿ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਕਿਹੜੀਆਂ-ਕਿਹੜੀਆਂ ਗਲਤੀਆਂ ਕਰਦੇ ਆ ਜਿਹਦੀ ਵਜ੍ਹਾ ਨਾਲ ਸਪਰੇਅ ਦਾ ਪੂਰਾ ਰਿਜ਼ਲਟ ਨਹੀਂ ਆਉਂਦਾ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦਬਾਓ ਤਾਂ ਕਿ ਸਾਡੀ ਫਸਲ ਅਧਿਲੇਕ ਜਿਹੜੀ ਵੀ ਵੀਡੀਓ ਆਵੇ ਤੁਹਾਡੇ ਤੱਕ ਬਰ ਬਕਤ ਪਹੁੰਚ ਜਾਵੇ ਸਾਡੇ ਕਿਸਾਨ ਦੋਸਤ ਸਪਰੇਅ ਲੈਂਦੇ ਆ ਜਦੋਂ ਅੱਛਾ ਮਸ਼ਹਲਾ ਕਰਦੇ ਆ ਮਸ਼ਹਲਾ ਕਰਕੇ ਲੈਂਦੇ ਆ ਔਰ ਜਦੋਂ ਦੁਕਾਨ ਤੇ ਸਪਰੇਅ ਲੈਂਦੇ ਆ ਤੇ ਉਹਨੂੰ ਅੱਛੀ ਜਾਂਚ ਪੜਤਾਲ ਕਰਕੇ ਲੈਂਦੇ ਆ ਲੇਕਿਨ ਜਦੋਂ ਆ ਕੇ ਉਹਦਾ ਕਰਵਾਉਣ ਦਾ ਟਾਈਮ ਹੁੰਦਾ ਵਾ ਉਹਦਾ ਸਹੀ ਰਿਜ਼ਲਟ ਲੈਣਾ ਵਾ ਉਦੋਂ ਤਵੱਜ ਨਹੀਂ ਦਿੰਦੇ 120 ਤੋਂ 140 ਲੀਟਰ ਪਾਣੀ ਲਗਾਉਣਾ ਚਾਹੀਦਾ 1 ਏਕੜ ਨੂੰ ਅਗਰ ਤੁਸੀਂ ਪਾਣੀ ਘੱਟ ਲਾਣੇ ਆ ਤਿੰਨ ਟੈਂਕੀ ਲਾਣੇ ਆ ਤੇ ਉਹ ਪੂਰਾ ਰਿਜ਼ਲਟ ਨਹੀਂ ਆਏਗਾ ਤੁਸੀਂ ਜਿੰਨਾ ਮਰਜ਼ੀ ਉਹਦੇ ਤੇ ਖਰਚਾ ਕਰ ਲਓ ਕਿਉਂਕਿ ਜਦੋਂ ਪੌਦੇ ਨੂੰ ਬਿਮਾਰੀ ਦਾ ਅਟੈਕ ਹੁੰਦਾ ਜ਼ਿਆਦਾਤਰ ਨਿਚਲੀ ਸਾਈਡ ਤੇ ਜੇਦੋਂ ਪੌਦੇ ਨੂੰ ਨਿਚਲੀ ਸਾਈਡ ਤੇ ਸਪਰੇ ਨਹੀਂ ਪੈਗਾ ਪੂਰਾ ਪਾਣੀ ਲੱਗੇਗਾ ਉਹਨੂੰ ਜਾਨੀ ਕਿ 120 ਲੀਟਰ ਤੇ 140 ਲੀਟਰ ਲੱਗੇਗਾ ਤੇ ਉਹ ਪੂਰਾ ਪੌਦਾ ਤਰ ਹੋਏਗਾ ਜਦੋਂ ਪੌਦੇ ਤੇ ਪੂਰੇ ਤੇ ਪਾਣੀ ਆਏਗਾ ਤੇ ਉਹਦਾ ਫਿਰ ਰਿਜ਼ਲਟ ਆਏਗਾ ਜਾਨੀ ਕਿ ਜਿਸ ਮਕਸਦ ਵਾਸਤੇ ਸਪਰੇ ਕਰਨੀ ਹੈ ਤੇ ਜੇ ਜਦੋਂ ਸਾਡਾ ਮਕਸਦ ਹੀ ਪੂਰਾ ਨਹੀਂ ਹੋਣਾ ਸਪਰੇ ਪੂਰੀ ਉੱਪਰ ਪੈਣੀ ਨਹੀਂ ਹੈਗੀ ਜਿੱਥੇ ਬਿਮਾਰੀ ਆ ਉੱਥੇ ਸਪਰੇ ਨਹੀਂ ਪਹੁੰਚਣੀ ਤੇ ਫਿਰ ਉਹਦਾ ਰਿਜ਼ਲਟ ਬਿਲਕੁਲ ਨਹੀਂ ਆਣਾ ਦੂਸਰਾ ਤਰੀਕਾ ਵਾ ਕਿ ਜਿਹੜੀਆਂ ਨਵੀਆਂ ਜ਼ਾਇਰਾਵਾਂ ਹਨ ਜਾਨੀ ਕਿ ਨਵੀਂ ਕੈਮਿਸਟਰੀ ਆ ਉਹਦੇ ਹਲਾਓ ਉਹ ਪਨਾਓ ਕਿ ਉਹਦੇ ਨਾਲ ਇੱਕ ਤਾਂ ਪੌਦੇ ਦਾ ਸਟ्रेस ਨਹੀਂ ਆਉਂਦਾ ਔਰ ਉਹਦਾ ਰਿਜ਼ਲਟ ਬੜਾ ਬਿਹਤਰ ਜਿਹਾ ਆਉਂਦਾ ਵਾ ਨਾਉ ਡਾਊਟ ਜਿਹੜੀਆਂ ਪੁਰਾਣੀਆਂ ਕੈਮਿਸਟਰੀਆਂ ਆ ਵਾ ਅੱਛਾ ਰਿਜ਼ਲਟ ਆ ਉਹਨਾਂ ਦੇ ਇਹ ਨਹੀਂ ਮਕਸਦ ਹੈਗਾ ਗੱਲ ਕਰਨ ਦਾ ਕਿ ਉਹਨਾਂ ਦੇ ਰਿਜ਼ਲਟ ਨਹੀਂ ਠੀਕ ਲੇਕਿਨ ਉਹ ਬਾਜ਼ਕਾਤ ਪੌਦੇ ਤੇ ਸਟ्रेस ਦੇ ਜਾਂਦੀਆਂ ਵਾ ਜਿੱਦੀ ਮਨ ਪੌਦੇ ਦੀ ਗਰੋਥ ਵੀ ਰੁਕ ਜਾਂਦੀ ਹੈ ਔਰ ਨਵੀਂ ਕੈਮਿਸਟਰੀ ਜਿਹੜੀ ਆ ਮਹਿੰਗੀ ਜ਼ਰੂਰ ਆ ਲੇਕਿਨ ਉਹਦੇ ਰਿਜ਼ਲਟ ਵੀ ਸ਼ਾਨਦਾਰ ਆ ਔਰ ਖਾਸ ਤੇ ਉਹਨਾਂ ਦਾ ਜਿਹੜਾ ਸਟ्रेस ਵੀ ਨਹੀਂ ਆਉਂਦਾ ਜਿਹੜਾ ਤੀਸਰਾ ਪੁਆਇੰਟ ਆ ਉਹ ਇਹ ਆ ਕਿ ਸਪਰੇ ਤੁਸੀਂ ਜਾਂ ਤਾਂ ਸਵੇਰ 10 ਵਜ 9:30 ਵਜੇ ਤੋਂ ਪਹਿਲੇ ਪਲ ਸਪਰੇਅ ਤੁਸੀਂ ਕਰਵਾ ਲਓ ਤੇ ਨਹੀਂ ਤਾਂ ਤੁਸੀਂ ਸ਼ਾਮ ਟਾਈਮ ਸਪਰੇਅ ਕਰਵਾਓ ਬੈਸਟ ਤਰੀਕਾ ਸ਼ਾਮ ਟਾਈਮ ਆਗਰ ਤੁਸੀਂ ਸਵੇਰ ਟਾਈਮ ਵੀ ਕਰਵਾ ਲੈਨੇ ਆ ਤੇ ਠੀਕ ਰਿਜ਼ਲਟ ਅੱਛਾ ਆ ਜਾਏਗਾ ਲੇਕਿਨ ਅਗਰ ਤੁਸੀਂ ਟੈਂਪਰੇਚਰ ਯਾਨੀ ਕਿ ਦੁਪਹਿਰ ਦੇ ਟਾਈਮ ਸਪਰੇ ਕਰਾਉਣੇ ਆ ਤੇ ਉਹਦਾ ਰਿਜ਼ਲਟ ਬਿਲਕੁਲ ਨਹੀਂ ਆਣਾ ਅਗਰ 10 20% ਆਏਗਾ ਤੇ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਕਿਉਂਕਿ ਅਕਸਰ ਜਦੋਂ ਆਪਾਂ ਮੋਲਟ ਸਪਰੇ ਕਰਵਾਣੇ ਆ ਤੇ ਹੁੰਦਾ ਕੀ ਆ ਕਿ ਬੰਦੇ ਨੇ ਸਵੇਰ ਵੀ ਸਪਰੇ ਕਰਨੀਆਂ ਦੁਪਹਿਰ ਵੀ ਕਰਨੀਆਂ ਸ਼ਾਮ ਵੀ ਕਰਨੀਆਂ ਉਹਨੇ ਆਪਣਾ 15 ਕੇ ਲਈ 20 ਕੇ ਲਈ ਜਿੰਨੇ ਵੀ ਸਪਰੇ ਕਰਨੀ ਉਹਨੇ ਆਪਣਾ ਪੂਰਾ ਦਿਨ ਸਪਰੇ ਕਰਨੀ ਆ ਜਦੋਂ ਤੁਸੀਂ ਉਹਨੂੰ ਸਪਰੇ ਦੇ ਦੋਗੇ ਇੱਕ ਹਰ ਸਪਰੇ ਕਰ ਦੇ ਤੇ ਉਹਨੇ ਤਾਂ ਸਪਰੇ ਕਰ ਦੇਣੀ ਆ ਇੱਕ ਤਾਂ ਕੋਲ ਖੜ ਕੇ ਸਪਰੇ ਕਰਵਾਇਆ ਕਰੋ ਅਗਰ ਤੁਸੀਂ ਮੌਤ ਕਰਵਾਣੀਆਂ ਤੇ ਦੂਸਰਾ ਸੂਬਰ ਟਾਈਮ ਕਰਵਾਇਆ ਕਰੋ ਜਾਂ ਸ਼ਾਮ ਟਾਈਮ ਕਰਵਾਇਆ ਕਰੋ ਕਿਉਂਕਿ ਦੁਪਹਿਰ ਟਾਈਮ ਇੱਕ ਤਾਂ ਟੈਂਪਰੇਚਰ ਹੁੰਦਾ ਵਾ ਦੂਸਰੇ ਗਰਮੀ ਦੀ ਵਜ੍ਹਾ ਨਾਲ ਜਿਹੜੇ ਕੀੜੇ ਮਕੋੜੇ ਹੁੰਦੇ ਆ ਜਾਂ ਰਾਸ ਚੂਸਣ ਵਾਲੇ ਫਸਲ ਤੇ ਕੀੜੇ ਹੁੰਦੇ ਆ ਉਹ ਦੁਪਹਿਰ ਟਾਈਮ ਬਿਲਕੁਲ ਜਨ ਕਿ ਉੱਪਰ ਨਹੀਂ ਆਉਂਦੇ ਸਵੇਰ ਟਾਈਮ ਹੋਣਗੇ ਫਸਲ ਦੇ ਉੱਪਰ ਸਹੀ ਔਰ ਜਾਂ ਸ਼ਾਮ ਟਾਈਮ ਹੋਣਗੇ ਔਰ ਇਨਸ਼ਾਅੱਲਾ ਦੋਸਤ ਸਪਰੇ ਦਾ ਰਿਜ਼ਲਟ ਬੜਾ ਅੱਛਾ ਆਏਗਾ ਬਾਸਕਤ ਐਸੀਆਂ ਜ਼ਹਿਰਾ ਹੁੰਦੀਆਂ ਵਾਂ ਜਿਹੜੀ ਥੋੜੀ ਜੀ ਕਪਾਾਸ ਦੀ ਫਸਲ ਵਾਸਤੇ ਜਾਂ ਜਿਹੜੀ ਵੀ ਫਸਲ ਵਾਸਤੇ ਥੋੜੀ ਸਖਤ ਹੋਏਗੀ ਤੁਹਾਨੂੰ ਦੁਕਾਨਦਾਰ ਵੀ ਕਹ ਦੇਗਾ ਯਾਰ ਇਹਨੂੰ ਪਾਣੀ ਜ਼ਿਆਦਾ ਲਗਾਉਣਾ ਵਾ ਤੇ ਇਹ ਥੋੜੀ ਜੀ ਸਖਤ ਸਪਰੇ ਆ ਤੇ ਉਹਦਾ ਖਾਸ ਕਰ ਖਿਆਲ ਰੱਖਿਆ ਕਰੋ 100 40 ਲੀਟਰ ਲਾਜ਼ਮੀ ਪਾਣੀ ਲਗਾਇਆ ਕਰੋ ਯਾਨੀ ਕਿ 6 ਤੋਂ 7 ਟੈਂਕੀਆਂ ਤੁਸੀਂ ਲਗਾਓ ਤੇ ਉਹਦੇ ਨਾਲ ਕੀ ਹੋਏਗਾ ਇੱਕ ਵਫਸਤ ਸਟਸ ਨਹੀਂ ਆਏਗਾ دوسرا ਉਹਦਾ ਰਿਜ਼ਲਟ ਬਹੁਤ ਅੱਛਾ ਆਏਗਾ ਹੁੰਦਾ ਕੀ ਆ ਕਿ ਆਮੂਮਨ ਕਈ ਇਲਾਕੇ 'ਚ 250 ਚੱਲਦਾ ਵਾ ਏਕੜ ਦਾ ਜਿਹੜੇ ਮੂਲ ਕਰਦੇ ਇਸਪਰੇ ਕਈਆਂ 'ਚ 300 ਚੱਲਦਾ ਵਾ ਫਰਕ ਕਿੰਨਾ ਪੈਂਦਾ ਵਾ ਤੁਸੀਂ ਉਹਨੂੰ 50 ਵਾਧੇ ਦੇ ਦੋਗੇ ਜਿਦ ਸੇ ਤੁਸੀਂ ਐਨੀ ਮਹਿੰਗੀ ਸਪਰੇਅ ਲੈ ਆਂਦੀ ਆ ਐਨੀ ਮਹਿੰਗੀ ਤੁਹਾਡੀ ਫਸਲ ਆ ਅਗਰ ਤੁਸੀਂ ਇੱਕ ਸਪਰੇਅ ਕਰਦਾ ਪਿਆ ਬੰਦਾ ਏਕੜ ਦੀ ਉਹਨੂੰ 1 ਏਕੜ ਦਾ 100 ਵਾਅਦਾ ਦੇ ਦੋਗੇ ਜਾਂ 50 ਵਾਅਦਾ ਦੇ ਦੋਗੇ ਉਹਦੇ ਨਾਲ ਕੋਈ ਨਹੀਂ ਫਰਕ ਪੈਣਾ ਅਗਰ ਉਹਨਾਂ ਸਪਰੇਅ ਨਾਲ ਅੱਛੇ ਤਰੀਕੇ ਨਾਲ ਕੀਤੀ ਤੇ ਤੁਹਾਡਾ ਉਹ 3500 4000 ਜਿਹੜਾ ਵੀ ਸਪਰੇਅ ਦਾ ਖਰਚਾ ਵਾ ਉਹ ਰਿਜ਼ਲਟ ਨਾ ਆਇਆ ਤੁਹਾਡਾ ਉਹ ਜ਼ਾਇਆ ਹੋ ਜਾਣਾ ਉਮੀਦ ਕਰਦੇ ਹਾਂ ਸਾਡੇ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਅੱਲਾਹ ਹਾਫਿਜ਼